ਸਟਾਟ ਕੌਮੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ ਦੇਸ਼ 'ਚ ਸੰਨ 2017 ਤੋਂ ਲਗਾਤਾਰ ਤੀਜੇ ਸਾਲ ਔਰਤਾਂ ਵਿਰੁੱਧ ਅਪਰਾਧਾਂ 'ਚ ਵਾਧਾ ਦਰਜ ਕੀਤਾ ਗਿਆ ਹੈ। ਟੈਂਡੀ ਦੁੱਧ ਪੀਂਦੀਆਂ ਮਾਸੂਮ ਬੱਚੀਆਂ ਤੋਂ ਲੈ ਕੇ 80-80 ਸਾਲ ਦੀਆਂ ਬਜ਼ੁਰਗ ਔਰਤਾਂ ਵੀ ਸੁਰੱਖਿਅਤ ਨਹੀਂ ਹਨ। ਡੈਂਡੀ ਆਮ ਅਤੇ ਮਜ਼ਦੂਰ ਵਰਗ ਅਤੇ ਕਥਿਤ ਉੱਚ ਵਰਗ ਦੀਆਂ ਔਰਤਾਂ ਬਰਾਬਰ ਤੌਰ 'ਤੇ ਜਿਣਸੀ ਅਪਰਾਧਾਂ ਦਾ ਸ਼ਿਕਾਰ ਹੋ ਰਹੀਆਂ ਹਨ। ਡੈਂਡੀ ਪੱਤਰਕਾਰ ਤਰੁਣ ਤੇਜਪਾਲ ਅਤੇ ਉਹਨਾਂ ਦੀ ਮਹਿਲਾ ਸਹਿ ਮੁਲਾਜ਼ਮ ਨੇ ਗੋਆ ਦੇ ਇੱਕ 5-star ਹੋਟਲ ਦੀ ਲਿਫਟ 'ਚ ਉਸ ਦਾ ਜਿਣਸੀ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਤਾਂ ਅਭਿਨੇਤਰੀ ਤਨੁਸ਼ੀ ਦੱਤਾ ਨੇ ਨਾਨਾ ਪਾਟੇਕਰ ਅਤੇ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਉਸ ਨੂੰ ਗਲਤ ਢੰਗ ਨਾਲ ਛੋਹਣ ਦਾ ਦੋਸ਼ ਲਾਇਆ ਅਤੇ ਕੇਂਦਰੀ ਵਿਦੇਸ਼ ਰਾਜ ਮੰਤਰੀ MJ ਅਕਬਰ ਅਤੇ ਜਿਣਸੀ ਸ਼ੋਸ਼ਣ ਦੇ ਦੋਸ਼ ਲੱਗਣ ਕਾਰਨ ਉਹਨਾਂ ਨੂੰ ਮੰਤਰੀ ਅਹੁਦੇ ਤੋਂ ਹੱਥ ਧੋਣੇ ਪਏ। ਡੈਂਡੀ ਅਤੇ ਹੁਣ ਇੰਡੋ ਤਿੱਬਤਨ ਬਾਰਡਰ ਪੁਲਿਸ ਦੀ ਡੈਪਟੀ ਕਮਾਂਡਰ ਰੈਂਕ ਦੀ ਡੈਪਟੀ ਜੱਜ ਅਟਾਰਨੀ ਜਨਰਲ ਕਰੁਣਾਜੀਤ ਕੌਰ ਨੇ 17 ਅਕਤੂਬਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਪਿੱਛੋਂ ਇੱਕ ਪ੍ਰੈਸ ਕਾਨਫਰੰਸ 'ਚ ਮਹਿਲਾ ਅਧਿਕਾਰੀਆਂ ਪ੍ਰਤੀ ਮਰਦ ਅਧਿਕਾਰੀਆਂ ਦੇ ਬੁਰੇ ਰਵੱਈਏ ਅਤੇ ਅਸੁਰੱਖਿਅਤ ਸਥਿਤੀਆਂ 'ਤੇ ਗੰਭੀਰ ਸਵਾਲ ਉਠਾਏ ਹਨ। ਡੈਂਡੀ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਅਧਿਕਾਰੀ ਔਰਤਾਂ ਨੂੰ ਮਨੋਰੰਜਨ ਦਾ ਸਾਧਨ ਹੀ ਸਮਝਦੇ ਹਨ ਅਤੇ ਉਹਨਾਂ ਦਾ ਸਰੀਰਕ ਸ਼ੋਸ਼ਣ ਹੁੰਦਾ ਹੈ। ਡੈਂਡੀ ਕਰੁਣਾਜੀਤ ਅਨੁਸਾਰ ਉਹਨਾਂ ਨੂੰ 9 ਜੂਨ ਨੂੰ ਉੱਤਰਾਖੰਡ ਦੇ ਮੁਰਾਲੀ 'ਚ ਇੱਕ ਮਹਿਲਾ ਡਾਕਟਰ ਨਾਲ ਡਿਊਟੀ ਦੇ ਸਿਲਸਿਲੇ 'ਚ ਭੇਜਿਆ ਗਿਆ ਜਿੱਥੇ ਉਹਨਾਂ ਨੂੰ ਠਹਿਰਨ ਲਈ ਜਿਹੜਾ ਛੋਟਾ ਜਿਹਾ ਕਮਰਾ ਦਿੱਤਾ ਗਿਆ ਉਸ ਦੇ ਦਰਵਾਜ਼ੇ 'ਤੇ ਅੰਦਰ ਵਾਲੀ ਕੁੰਡੀ ਵੀ ਨਹੀਂ ਸੀ। ਟੈਂਡੀ ਰਾਤ ਨੂੰ 12:45 ਇੱਕ ਕਾਂਸਟੇਬਲ ਨੇ ਉਹਨਾਂ ਦੇ ਕਮਰੇ 'ਚ ਬੁਰੀ ਨੀਅਤ ਨਾਲ ਵੜਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਉਹਨਾਂ ਨੇ ਪੂਰੀ ਤਾਕਤ ਲਾ ਕੇ ਅੰਦਰ ਵੜਨ ਤੋਂ ਰੋਕਿਆ। ਡੈਂਡੀ ਉਹ ਚਲਾ ਰਿਹਾ ਸੀ ਕਿ 2 ਸਾਲਾਂ ਤੋਂ ਉਸ ਨੇ ਕਿਸੇ ਔਰਤ ਨੂੰ ਛੂਹਿਆ ਨਹੀਂ ਹੈ। ਡੈਂਡੀ ਕਰੁਣਾਜੀਤ ਕੌਰ ਨੇ ਦੋਸ਼ ਲਾਇਆ ਕਿ ਜਦੋਂ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਨ ਦੀਆਂ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਮਲਾਰੀ ਚੌਂਕੀ ਦੇ ਸਹਾਇਕ ਕਮਾਂਡੈਂਟ ਨੇ ਨਾਕਾਮ ਕਰ ਦਿੱਤਾ ਤਾਂ ਉਹ ਭਾਰਤੀ ਫੌਜ ਦੀ ਸਿਗਨਲ ਕੌਰ ਦੇ ਅਧਿਕਾਰੀਆਂ ਦੀ ਸਹਾਇਤਾ ਨਾਲ ਆਪਣੇ ਉੱਚ ਅਧਿਕਾਰੀਆਂ ਨੂੰ ਫੋਨ ਕਰ ਸਕੀ ਪਰ ITBP ਬਟਾਲੀਅਨ ਦਾ CO ਉਦੋਂ ਨਸ਼ੇ 'ਚ ਸੀ ਅਤੇ ਉਸ ਤੋਂ ਠੀਕ ਤਰ੍ਹਾਂ ਬੋਲ ਵੀ ਨਹੀਂ ਸੀ ਹੋ ਰਿਹਾ। ਡੈਂਡੀ ਕਰੁਣਾਜੀਤ ਨੇ ਕਿਹਾ ਕਿ ਬਾਅਦ ਦੇ ਦਿਨਾਂ 'ਚ ਇਸ ਘਟਨਾ ਨੂੰ ਦਬਾਉਣ ਦੀਆਂ ਯੋਜਨਾਬੱਧ ਕੋਸ਼ਿਸ਼ਾਂ ਹੋਈਆਂ। ਡੈਂਡੀ